ਚੰਡੀਗੜ੍ਹ ਦੇ ਸੈਕਟਰ 44 ਦੇ ਵਿੱਚ ਸਿਰਫ 150 ਰੁਪਏ ਦੇ ਪਿੱਛੇ ਇੱਕ ਮਰਡਰ ਕੀਤਾ ਗਿਆ ਔਰ ਇਹ ਮਰਡਰ ਕਰਨ ਤੋਂ ਬਾਅਦ ਜਿਹੜੇ ਵੀ ਉੱਥੇ ਜਿਹੜੇ ਅਕਿਊਜ਼ ਸੀਗੇ ਦੋ ਉਹ ਫਰਾਰ ਹੋ ਗਏ ਸੀ। ਹਾਲਾਂਕਿ ਪੁਲਿਸ ਨੇ ਸੈਕਟਰ 34 ਪੁਲਿਸ ਤੇ DCC ਡਿਸਟ੍ਰਿਕਟ ਕ੍ਰਾਈਮ ਸੈੱਲ ਦੇ ਜੁਆਇੰਟ ਆਪਰੇਸ਼ਨ ਦੇ ਨਾਲ ਉਹਨਾਂ ਨੂੰ ਕਾਬੂ ਕਰ ਲਿਆ ਗਿਆ। ਸਾਡੇ ਨਾਲ ਸੀਨੀਅਰ ਆਫਿਸਰ ਨੇ, ਉਹਨਾਂ ਦੀ ਪੂਰੀ ਟੀਮ ਹੈ। ਡਿਪਟੀ ਸਾਹਿਬ, ਇਹ ਪੂਰਾ ਮਾਮਲਾ ਇੱਕ ਬਲਾਈਂਡ ਮਰਡਰ ਸੀਗਾ, ਸੈਕਟਰ 44 ਚ ਜਿਹੜੀ ਬਾਡੀ ਰਿਕਵਰ ਕੀਤੀ ਗਈ ਸੀ ਜਤਿੰਦਰ ਨਾਂ ਦੀ, ਇਹ ਪੂਰਾ ਮਾਮਲਾ ਕੀ ਸੀ ਤੇ ਇਨਵੈਸਟੀਗੇਸ਼ਨ ਚ ਕੀ ਨਿਕਲ ਕਰ ਸਾਹਮਣੇ ਆਇਆ? ਦੇਖੋ, ਕੱਲ ਸਵੇਰੇ ਮੈਸੇਜ ਆਇਆ ਸੀ 6:37 ਤੇ ਸਾਨੂੰ ਕਿ ਇੱਕ ਮੁੰਡਾ ਜਿਹੜਾ ਉਹ ਲਕਸ਼ਮੀ ਨਾਰਾਇਣ ਮੰਦਿਰ ਹੈ ਉਹਦੇ ਨਾਲ ਪਾਰਕ ਹੈ ਉਹਦੇ ਵਿੱਚ ਪਿਆ ਹੋਇਆ। SHO ਸਾਹਿਬ ਗਏ, ਮੈਂ ਗਏ ਔਰ ਸੀਨੀਅਰ ਆਫਿਸਰ ਆਏ, ਉਹਨਾਂ ਨੇ ਵਿਜਿਟ ਕੀਤੀ ਅਤੇ ਇਹ ਲੱਗਿਆ ਕਿ ਇਹਦਾ ਗਲਾ ਦਬਾ ਕੇ ਇਹਦਾ ਮਰਡਰ ਹੋਇਆ। ਉਸ ਤੋਂ ਬਾਅਦ ਅਸੀਂ ਬੋਡੀ ਮੋਰਚਰੀ 'ਚ ਰਖਾਈ ਔਰ ਤਫਤੀਸ਼ ਸ਼ੁਰੂ ਕੀਤੀ। SSP ਸਾਹਿਬ ਨੇ ਔਰ SP ਸਿਟੀ ਸਾਹਿਬ ਨੇ ਸਾਡੇ ਨਾਲ ਜਿਹੜੀ DCC ਦੀ ਟੀਮ ਜਿਹੜੀ ਉਹ ਲਾਈ। ਅੱਜ ਸਵੇਰੇ ਅਸੀਂ ਟੀਮ ਸਾਡੀ ਇਕੱਠੀ ਹੋਈ, ਫਿਰ ਇਹਨਾਂ ਨੇ 51 ਸੈਕਟਰ 'ਚੋਂ ਦੋ ਬੰਦੇ ਬਸੰਤ ਚੌਧਰੀ ਔਰ ਚੂੜਾਮਨ ਕੁਮਾਰ ਜਿਹੜਾ ਉਹਨਾਂ ਦੋਨਾਂ ਨੂੰ ਅਸੀਂ ਅਰੈਸਟ ਕੀਤਾ। ਬਸੰਤ ਚੌਧਰੀ ਦੀ 35 ਸਾਲ ਉਮਰ ਹੈ ਔਰ ਚੂੜਾਮਨ ਦੀ 24 ਸਾਲ ਉਮਰ ਹੈ। ਇੱਕ 8 ਪੜਿਆ, ਇੱਕ 5 ਪੜਿਆ। ਇਹਨਾਂ ਕੋਲੋਂ ਅਸੀਂ ਡੰਡੇ ਰਿਕਵਰ ਕਰ ਲਿਆ। ਹਾਲੇ ਫਰਦਰ ਜਿਹੜਾ ਇਨਵੈਸਟੀਗੇਸ਼ਨ, ਜਿਹੜਾ ਬਾਕੀ ਸਮਾਨ ਰਿਕਵਰ ਹੋਣਾ। ਹੈਰਾਨ ਕਰ ਦੇਣੇ ਵਾਲੀ ਗੱਲ ਹੈ ਕਿ ਜਿਹੜਾ ਰੀਜ਼ਨ ਹੈ ਉਹ ਬੜਾ ਉਹ ਆਇਆ ਕਿ 150 ਰੁਪਏ ਪਿੱਛੇ, ਯਾਨੀ ਕਿ ਜਿਹੜੀ ਉਹਨੇ ਲੁੱਟ ਖੋ ਕੀਤੀ ਸੀਗੀ ਉਸ ਤੋਂ ਪਿੱਛੇ ਇਹਨਾਂ ਨੇ ਉਹਦਾ ਮਰਡਰ ਕਰਤਾ। ਦੇਖੋ, ਹਾਲੇ ਇਨਵੈਸਟੀਗੇਸ਼ਨ ਆਨ ਹੈ। ਫਿਲਹਾਲ ਤੇ 150 ਰੁਪਏ ਜੋ ਸਾਨੂੰ ਪਤਾ ਲੱਗਿਆ ਵੀ ਇਹ ਹੈ। ਹਾਂਜੀ, ਔਰ ਵਰਦੀ SSP ਸਾਹਿਬ ਔਰ SP City ਸਾਹਿਬ ਦੀ ਬੜੀ ਰਹਿਨੁਮਾਈ ਦੇ ਥੱਲੇ ਬਹੁਤ ਠੀਕ ਤਰੀਕੇ ਨਾਲ ਜਿਹੜਾ ਸਾਡੀ DCC ਔਰ ਸਾਡੀ ਥਾਣਾ ਪੁਲਿਸ ਨੇ ਬਹੁਤ ਵਧੀਆ ਤਰੀਕੇ ਨਾਲ ਰਿਕਵਰੀ ਕੀਤੀ। ਡਿਪਟੀ ਸਾਹਿਬ, ਇਹ ਜਿਹੜੇ ਅਕਿਊਜ਼ ਫੜੇ ਗਏ ਨੇ ਇਹਨਾਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਕੀ ਹੈਗੀ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਆਇਆ? ਦੇਖੋ, ਦੱਸਣ ਦੇ ਮੁਤਾਬਕ ਜਿਹੜਾ ਇੰਟਰੋਗੇਸ਼ਨ 'ਚ ਆਇਆ ਇਹਨਾਂ ਨੇ ਉੱਥੇ ਕੋਈ ਮਰਡਰ ਕੀਤਾ ਹੋਇਆ ਨੇਪਾਲ 'ਚ, ਲੇਕਿਨ ਫਿਲਹਾਲ ਇਹਦੇ ਬਾਰੇ ਮੈਂ ਨਹੀਂ ਦੱਸ ਸਕਦਾ ਕਿਉਂਕਿ ਅੱਗੇ ਫਰਦਰ ਇਨਵੈਸਟੀਗੇਸ਼ਨ 'ਚ ਅਸੀਂ ਉੱਥੋਂ ਪਤਾ ਕਰਾਂਗੇ, ਫਿਰ ਦੱਸੂਗਾ। ਅਤੇ ਸਰ, ਜਿਹੜਾ ਜਿਹਦਾ ਮਰਡਰ ਹੋਇਆ ਜਤਿੰਦਰ, ਉਹਦੀ ਬੈਕਗ੍ਰਾਉਂਡ ਸਾਹਮਣੇ ਆਈ ਹੈ ਕਿ ਲੁੱਟ ਖੋਹ ਕਰਦਾ ਸੀਗਾ ਉਸ ਏਰੀਆ ਦੇ ਵਿੱਚ, ਜੰਗਲ ਏਰੀਆ ਦੇ ਵਿੱਚ। ਛੋਟਾ ਛੋਟਾ ਕ੍ਰਾਈਮ ਇਹ ਕਰਦਾ ਸੀ, ਲੇਕਿਨ ਨਸ਼ੇ ਦਾ ਆਦੀ ਸੀ, ਫਲੂਟ ਸੁੰਘਦਾ ਸੀ ਔਰ ਹੋਰ ਵੀ ਸ਼ਰਾਬ ਵਗੈਰਾ ਵੀ ਪੀਂਦਾ ਸੀ। ਸਰ, ਇਨਵੈਸਟੀਗੇਸ਼ਨ 'ਚ ਕੁਝ ਹੋਰ ਆਇਆ ਇਹਨਾਂ ਦੇ ਨਾਲ, ਕੋਈ ਹੋਰ ਵੀ ਲੋਕ ਸ਼ਾਮਿਲ ਸੀਗੇ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੁਝ ਆਇਆ? ਨਹੀਂ, ਫਿਲਹਾਲ ਦੋਨੋਂ ਨੇਪਾਲੀ ਬੰਦੇ ਸ਼ਾਮਿਲ ਸੀ ਇਹਦੇ 'ਚ। ਫਿਲਹਾਲ ਇਨਵੈਸਟੀਗੇਸ਼ਨ ਹੋਏਗਾ, ਅੱਜ ਇਹਨਾਂ ਦੇ ਰਿਮਾਂਡ ਲਿਆਉਂਦੇ ਆ, ਰਿਮਾਂਡ ਤੋਂ ਬਾਅਦ ਫਿਰ ਜੋ ਫਰਦਰ ਹੋਏਗਾ ਦੇਖਾਂਗੇ। ਠੀਕ ਹੈ, ਤਾਂ ਬਿਲਕੁਲ, ਜਿੱਦਾਂ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ DCC ਤੇ ਚੰਡੀਗੜ੍ਹ ਦੇ ਸੈਕਟਰ 34 ਪੁਲਿਸ ਸਟੇਸ਼ਨ ਨੂੰ, ਜਿਹਦੇ ਵਿੱਚ ਦੋ ਨੂੰ ਕਾਬੂ ਕਰ ਲਿਆ ਗਿਆ, ਹੋਰ ਵੀ ਪੁੱਛਗਿੱਛ 'ਚ ਕਈ ਚੀਜ਼ਾਂ ਦਾ ਖੁਲਾਸਾ ਸਾਹਮਣੇ ਆ ਰਿਹਾ। ਚੰਡੀਗੜ੍ਹ ਤੋਂ ਕੈਮਰਾਮੈਨ ਸੰਦੀਪ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ। ਚੰਡੀਗੜ੍ਹ ਦੇ ਸੈਕਟਰ 44 ਦੇ ਵਿੱਚ ਸਿਰਫ 150 ਰੁਪਏ ਦੇ ਪਿੱਛੇ ਇੱਕ ਮਰਡਰ ਕੀਤਾ ਗਿਆ ਔਰ ਇਹ ਮਰਡਰ ਕਰਨ ਤੋਂ ਬਾਅਦ ਜਿਹੜੇ ਵੀ ਉੱਥੇ ਜਿਹੜੇ ਅਕਿਊਜ਼ ਸੀਗੇ ਦੋ ਉਹ ਫਰਾਰ ਹੋ ਗਏ ਸੀ। ਹਾਲਾਂਕਿ ਪੁਲਿਸ ਨੇ ਸੈਕਟਰ 34 ਪੁਲਿਸ ਤੇ DCC ਡਿਸਟ੍ਰਿਕਟ ਕ੍ਰਾਈਮ ਸੈੱਲ ਦੇ ਜੁਆਇੰਟ ਆਪਰੇਸ਼ਨ ਦੇ ਨਾਲ ਉਹਨਾਂ ਨੂੰ ਕਾਬੂ ਕਰ ਲਿਆ ਗਿਆ। ਸਾਡੇ ਨਾਲ ਸੀਨੀਅਰ ਆਫਿਸਰ ਨੇ, ਉਹਨਾਂ ਦੀ ਪੂਰੀ ਟੀਮ ਹੈ। ਡਿਪਟੀ ਸਾਹਿਬ, ਇਹ ਪੂਰਾ ਮਾਮਲਾ ਇੱਕ ਬਲਾਈਂਡ ਮਰਡਰ ਸੀਗਾ, ਸੈਕਟਰ 44 'ਚ ਜਿਹੜੀ ਬਾਡੀ ਰਿਕਵਰ ਕੀਤੀ ਗਈ ਸੀ ਜਤਿੰਦਰ ਨਾਂ ਦੀ, ਇਹ ਪੂਰਾ ਮਾਮਲਾ ਕੀ ਸੀ ਤੇ ਇਨਵੈਸਟੀਗੇਸ਼ਨ 'ਚ ਕੀ ਨਿਕਲ ਕਰ ਸਾਹਮਣੇ ਆਇਆ? ਦੇਖੋ, ਕੱਲ ਸਵੇਰੇ ਮੈਸੇਜ ਆਇਆ ਸੀ 6:37 ਤੇ ਸਾਨੂੰ ਕਿ ਇੱਕ ਮੁੰਡਾ ਜਿਹੜਾ ਉਹ ਲਕਸ਼ਮੀ ਨਾਰਾਇਣ ਮੰਦਿਰ ਹੈ ਉਹਦੇ ਨਾਲ ਪਾਰਕ ਹੈ ਉਹਦੇ ਵਿੱਚ ਪਿਆ ਹੋਇਆ। SHO ਸਾਹਿਬ ਗਏ, ਮੈਂ ਗਏ ਔਰ ਸੀਨੀਅਰ ਆਫਿਸਰ ਆਏ, ਉਹਨਾਂ ਨੇ ਵਿਜਿਟ ਕੀਤੀ ਅਤੇ ਇਹ ਲੱਗਿਆ ਕਿ ਇਹਦਾ ਗਲਾ ਦਬਾ ਕੇ ਇਹਦਾ ਮਰਡਰ ਹੋਇਆ। ਉਸ ਤੋਂ ਬਾਅਦ ਅਸੀਂ ਬੋਡੀ ਮੋਰਚਰੀ 'ਚ ਰਖਾਈ ਔਰ ਤਫਤੀਸ਼ ਸ਼ੁਰੂ ਕੀਤੀ। SSP ਸਾਹਿਬ ਨੇ ਔਰ SP City ਸਾਹਿਬ ਨੇ ਸਾਡੇ ਨਾਲ ਜਿਹੜੀ DCC ਦੀ ਟੀਮ ਜਿਹੜੀ ਉਹ ਲਾਈ। ਅੱਜ ਸਵੇਰੇ ਅਸੀਂ ਟੀਮ ਸਾਡੀ ਇਕੱਠੀ ਹੋਈ, ਫਿਰ ਇਹਨਾਂ ਨੇ 51 ਸੈਕਟਰ 'ਚੋਂ ਦੋ ਬੰਦੇ ਬਸੰਤ ਚੌਧਰੀ ਔਰ ਚੂੜਾਮਨ ਕੁਮਾਰ ਜਿਹੜਾ ਉਹਨਾਂ ਦੋਨਾਂ ਨੂੰ ਅਸੀਂ ਅਰੈਸਟ ਕੀਤਾ। ਬਸੰਤ ਚੌਧਰੀ ਦੀ 35 ਸਾਲ ਉਮਰ ਹੈ ਔਰ ਚੂੜਾਮਨ ਦੀ 24 ਸਾਲ ਉਮਰ ਹੈ। ਇੱਕ 8 ਪੜਿਆ, ਇੱਕ 5 ਪੜਿਆ। ਇਹਨਾਂ ਕੋਲੋਂ ਅਸੀਂ ਡੰਡੇ ਰਿਕਵਰ ਕਰ ਲਿਆ। ਹਾਲੇ ਫਰਦਰ ਜਿਹੜਾ ਇਨਵੈਸਟੀਗੇਸ਼ਨ, ਜਿਹੜਾ ਬਾਕੀ ਸਮਾਨ ਰਿਕਵਰ ਹੋਣਾ। ਹੈਰਾਨ ਕਰ ਦੇਣੇ ਵਾਲੀ ਗੱਲ ਹੈ ਕਿ ਜਿਹੜਾ ਰੀਜ਼ਨ ਹੈ ਉਹ ਬੜਾ ਉਹ ਆਇਆ ਕਿ 150 ਰੁਪਏ ਪਿੱਛੇ, ਯਾਨੀ ਕਿ ਜਿਹੜੀ ਉਹਨੇ ਲੁੱਟ ਖੋ ਕੀਤੀ ਸੀਗੀ ਉਸ ਤੋਂ ਪਿੱਛੇ ਇਹਨਾਂ ਨੇ ਉਹਦਾ ਮਰਡਰ ਕਰਤਾ। ਦੇਖੋ, ਹਾਲੇ ਇਨਵੈਸਟੀਗੇਸ਼ਨ ਆਨ ਹੈ।
ਫਿਲਹਾਲ ਤੇ 150 ਰੁਪਏ ਜੋ ਸਾਨੂੰ ਪਤਾ ਲੱਗਿਆ ਵੀ ਇਹ ਹੈ। ਹਾਂਜੀ, ਔਰ ਵਰਦੀ SSP ਸਾਹਿਬ ਔਰ SPCT ਸਾਹਿਬ ਦੀ ਬੜੀ ਰਹਿਨਮਾਈ ਦੇ ਥੱਲੇ ਬਹੁਤ ਠੀਕ ਤਰੀਕੇ ਨਾਲ ਜਿਹੜਾ ਸਾਡੀ DCC ਔਰ ਸਾਡੀ ਥਾਣਾ ਪੁਲਿਸ ਨੇ ਬਹੁਤ ਵਧੀਆ ਤਰੀਕੇ ਨਾਲ ਰਿਕਵਰੀ ਕੀਤੀ। ਡਿਪਟੀ ਸਾਹਿਬ, ਇਹ ਜਿਹੜੇ ਅਕਿਊਜ਼ ਫੜੇ ਗਏ ਨੇ, ਇਹਨਾਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਕੀ ਹੈਗੀ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਆਇਆ? ਦੇਖੋ, ਦੱਸਣ ਦੇ ਮੁਤਾਬਕ ਜਿਹੜਾ ਇੰਟਰੋਗੇਸ਼ਨ 'ਚ ਆਇਆ, ਇਹਨਾਂ ਨੇ ਉੱਥੇ ਕੋਈ ਮਰਡਰ ਕੀਤਾ ਹੋਇਆ ਨੇਪਾਲ 'ਚ, ਲੇਕਿਨ ਫਿਲਹਾਲ ਇਹਦੇ ਬਾਰੇ ਮੈਂ ਨਹੀਂ ਦੱਸ ਸਕਦਾ ਕਿਉਂਕਿ ਅੱਗੇ ਫਰਦਰ ਇਨਵੈਸਟੀਗੇਸ਼ਨ 'ਚ ਅਸੀਂ ਉੱਥੋਂ ਪਤਾ ਕਰਾਂਗੇ, ਫਿਰ ਦੱਸੋ। ਅਤੇ ਸਰ, ਜਿਹੜਾ ਜਿਹਦਾ ਮਰਡਰ ਹੋਇਆ ਜਤਿੰਦਰ, ਉਹਦੀ ਬੈਕਗ੍ਰਾਉਂਡ ਸਾਹਮਣੇ ਆਈ ਹੈ ਕਿ ਲੁੱਟਖੋਹ ਕਰਦਾ ਸੀਗਾ ਉਸ ਏਰੀਆ ਦੇ ਵਿੱਚ, ਜੰਗਲ ਏਰੀਆ ਦੇ ਵਿੱਚ। ਛੋਟਾ ਛੋਟਾ ਕ੍ਰਾਈਮ ਇਹ ਕਰਦਾ ਸੀ, ਲੇਕਿਨ ਨਸ਼ੇ ਦਾ ਆਦੀ ਸੀ, ਫਲੂਟ ਸੁੰਘਦਾ ਸੀ ਔਰ ਹੋਰ ਵੀ ਸ਼ਰਾਬ ਵਗੈਰਾ ਵੀ ਪੀਂਦਾ ਸੀ। ਸਰ, ਇਨਵੈਸਟੀਗੇਸ਼ਨ 'ਚ ਕੁਝ ਹੋਰ ਆ ਇਹਨਾਂ ਦੇ ਨਾਲ, ਕੋਈ ਹੋਰ ਵੀ ਲੋਕ ਸ਼ਾਮਿਲ ਸੀਗੇ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੁਝ ਆਇਆ? ਨਹੀਂ, ਫਿਲਹਾਲ ਇਹ ਦੋਨੋਂ ਨੇਪਾਲੀ ਬੰਦੇ ਸ਼ਾਮਿਲ ਸੀ ਇਹਦੇ 'ਚ। ਫਿਲਹਾਲ ਇਨਵੈਸਟੀਗੇਸ਼ਨ ਹੋਏਗਾ, ਜਿਹਨਾਂ ਦੇ ਰਿਮਾਂਡ ਲਿਆਉਂਦੇ ਆ, ਰਿਮਾਂਡ ਤੋਂ ਬਾਅਦ ਫਿਰ ਜੋ ਫਰਦਰ ਹੋਏਗਾ ਦੇਖਾਂਗੇ। ਠੀਕ ਹੈ, ਤਾਂ ਬਿਲਕੁਲ, ਜਿੱਦਾਂ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ DCC ਤੇ ਚੰਡੀਗੜ੍ਹ ਦੇ ਸੈਕਟਰ 34 ਪੁਲਿਸ ਸਟੇਸ਼ਨ ਨੂੰ, ਜਿਹਦੇ ਵਿੱਚ 2 ਨੂੰ ਕਾਬੂ ਕਰ ਲਿਆ ਗਿਆ, ਹੋਰ ਵੀ ਪੁੱਛਗਿੱਛ 'ਚ ਕਈ ਚੀਜ਼ਾਂ ਦਾ ਖੁਲਾਸਾ ਸਾਹਮਣੇ ਆ ਰਿਹਾ। ਚੰਡੀਗੜ੍ਹ ਤੋਂ ਕੈਮਰਾਮੈਨ ਸੰਦੀਪ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18, ਪੰਜਾਬ।